ਤੁਸੀਂ ਦੇਖ ਰਹੇ ਜੀ ਬੀ ਸੀ ਅਪਡੇਟ ਅਤੇ ਮੈਂ ਆਇਆ ਟ੍ਰਿਪਲ ਐਮ ਸਕੂਲ ਦੇ ਵਿੱਚ ਅਤੇ ਇੱਥੋਂ ਦੇ ਇੱਕ ਸਟੂਡੈਂਟ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰੀਆਂ ਨੇ ਅਤੇ ਅੱਜ ਉਹਨਾਂ ਨੇ ਪੜ੍ਹਾਈ ਦੇ ਨਾਲ ਨਾਲ ਕਿੱਦਾਂ ਖੇਡਾਂ ਵਿੱਚ ਵੀ ਆਪਣੀ ਰੁਚੀ ਦਿਖਾਈ ਅਤੇ ਇਹ ਪੰਜਾਬ ਵਿੱਚ ਸਿਲਵਰ ਮੈਡਲ ਲੈ ਕੇ ਆਇਆ। ਹਾਂਜੀ ਸਰ, ਕੀ ਨਾਂ ਤੁਹਾਡਾ? ਤਨਿਸ਼ ਭਾਰਦਵਾਜ ਮੇਰਾ ਨਾਮ ਹੈ। ਮੇਰੇ ਪਿਤਾ ਜੀ ਦਾ ਨਾਮ ਭੁਪਿੰਦਰ ਪਾਲ ਹੈ, ਉਹ ਸਰਕਾਰੀ ਟੀਚਰ ਨੇ, ਅਤੇ ਮੇਰੇ ਮੰਮਾ ਦਾ ਨਾਮ ਸੁਨੀਤਾ ਦੇਵੀ ਹੈ। ਮੈਂ ਰੈਸਲਿੰਗ ਕਰਦਾ, ਟ੍ਰਿਪਲ ਐਮ ਸਕੂਲ ਦੇ ਵਿੱਚ ਪੜ੍ਹਦਾ, ਅਤੇ ਮੈਂ ਹੁਣ ਕਰੰਟ ਪੰਜਾਬ ਸਟੇਟ 'ਚੋਂ ਸਿਲਵਰ ਮੈਡਲ ਲੈ ਕੇ ਆਇਆ। ਪਟਿਆਲੇ ਗੇਮਾਂ ਹੋਈਆਂ ਸੀ, ਪਹਿਲਾਂ ਮੈਂ ਜ਼ੋਨ ਲੈਵਲ 'ਤੇ ਖੇਲਿਆ, ਫਿਰ ਡਿਸਟ੍ਰਿਕਟ ਲੈਵਲ 'ਤੇ ਖੇਲਿਆ, ਫਿਰ ਸਟੇਟ ਲੈਵਲ 'ਤੇ ਗਿਆ, ਮੇਰਾ ਸਿਲਵਰ ਮੈਡਲ ਆਇਆ ਸਰ। ਸਰ, ਤੁਹਾਨੂੰ ਇਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਰੁਚੀ ਕਿੱਦਾਂ ਪਈ? ਮੇਰੇ ਪਾਪਾ ਨੂੰ ਸ਼ੌਂਕ ਸੀਗਾ ਕਿ ਖੇਲਣਾ, ਕਿਉਂਕਿ ਸਪੋਰਟਸ ਦੇ ਵੱਲ ਮੈਨੂੰ ਭੇਜਣ ਦਾ, ਅਤੇ ਮੈਨੂੰ ਵੀ ਥੋੜ੍ਹਾ ਸ਼ੌਂਕ ਸੀਗਾ ਸਪੋਰਟਸ ਕਰਨ ਦਾ, ਅਤੇ ਮੈਂ ਰੈਸਲਿੰਗ ਗੇਮ ਚੁਣੀ, ਅਤੇ ਮੈਨੂੰ ਵਧੀਆ ਲੱਗਦੀ ਗੇਮ ਸਪੋਰਟਸ ਦੇ ਨਾਲ ਨਾਲ, ਪੜ੍ਹਾਈ ਦੇ ਨਾਲ ਨਾਲ ਮੈਂ ਸਪੋਰਟਸ ਵੀ ਖੇਲਣਾ। ਅਤੇ ਸਕੂਲ ਵੱਲੋਂ ਕੀ ਤੁਹਾਨੂੰ ਮੋਟੀਵੇਟ ਕੀਤਾ ਗਿਆ? ਸਕੂਲ ਵੱਲੋਂ ਮੈਨੂੰ ਮੋਟੀਵੇਟ ਕੀਤਾ, ਮੇਰੇ ਫਾਰਮ ਭਰੇ ਗਏ, ਮੈਨੂੰ ਦੱਸਿਆ ਗਿਆ ਇੰਨੀ ਇੱਥੇ ਗੇਮਾਂ ਹੋਣੀਆਂ ਆ, ਅਤੇ ਮੈਨੂੰ ਮੋਟੀਵੇਟ ਕੀਤਾ ਸਰ ਨੇ, ਬਹੁਤ ਮੋਟੀਵੇਟ ਕੀਤਾ ਮੈਨੂੰ। ਜਦੋਂ ਤੁਸੀਂ ਸਿਲਵਰ ਮੈਡਲ ਲੈ ਕੇ ਆਏ ਤਾਂ ਸਕੂਲ ਦਾ ਅਤੇ ਘਰਦਿਆਂ ਦਾ ਕਿੱਦਾਂ ਹੋ ਰਿਹਾ? ਘਰਦਿਆਂ ਦਾ ਵਧੀਆ ਰਿਐਕਸ਼ਨ ਸੀਗਾ, ਚਾਹੀਦਾ ਤਾਂ ਗੋਲਡ ਸੀਗਾ ਪਰ ਸਿਲਵਰ ਆ ਗਿਆ, ਅੱਗੇ ਤੋਂ ਹੋਰ ਮਿਹਨਤ ਕਰਕੇ ਗੋਲਡ ਮੈਡਲ ਲੈ ਕੇ ਆਉਣਾ, ਅਗਲੇ ਸਾਲ ਗੋਲਡ ਮੈਡਲ ਲੈ ਕੇ ਆਉਣਾ। ਅਤੇ ਸਕੂਲ ਦੇ ਵਿੱਚ ਤੁਹਾਨੂੰ ਕੌਣ ਕੌਣ ਸਪੋਰਟ ਕਰਦਾ? ਸਰ, ਮੈਂ ਜੋ ਖੇਡਣ ਜਾਣਾ ਸੀ, ਮਨੋਜ ਸਰ ਨੇ ਮੈਨੂੰ ਪੂਰਾ ਸਪੋਰਟ ਕੀਤਾ, ਹੋਰ ਬਾਕੀ ਹੋਰ ਸਰ ਨੇ ਵੀ ਮੈਨੂੰ, ਅਮਿਤ ਸਰ ਨੇ ਮੈਨੂੰ ਕਿਹਾ ਬਸ, ਅਤੇ ਬਾਕੀ ਮੋਟੀਵੇਟ ਘਰਦਿਆਂ ਨੇ ਬਹੁਤ ਮੋਟੀਵੇਟ ਕੀਤਾ, ਕੋਚ ਸਰ ਨੇ ਵੀ ਬਹੁਤ ਮੋਟੀਵੇਟ ਕੀਤਾ। ਘਰਦੇ ਮੈਨੂੰ ਪੂਰਾ ਸਪੋਰਟ ਕਰਦੇ ਆ, ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਵੀ ਪੂਰਾ ਸਪੋਰਟ ਕਰਦੇ, ਮੇਰੀ ਹਰੇਕ ਫੈਸਿਲਿਟੀ ਪੂਰੀ ਕਰਦੇ ਆ, ਅਤੇ ਹਰੇਕ ਫੈਸਿਲਿਟੀ ਪੂਰੀ ਕਰਦੇ, ਅਤੇ ਹਰੇਕ ਡਾਇਟ ਵਗੈਰਾ ਦਾ ਵੀ ਸਾਰਾ ਕੋਸਟ ਮਤਲਬ ਵਧੀਆ ਕਰਦੇ ਵਧੀਆ ਮੈਨੂੰ, ਅਤੇ ਉਹੀ ਸਟੇਟ ਸਾਡੇ ਮੈਂ ਇੰਡੋਰ ਸਟੇਡੀਅਮ ਪ੍ਰੈਕਟਿਸ ਕਰਦਾ, ਅਤੇ ਉੱਥੇ ਕੋਚ ਸਾਹਿਬ ਵੀ ਬੜੀ ਵਧੀਆ ਪ੍ਰੈਕਟਿਸ ਕਰਾਉਂਦੇ ਆ, ਅਤੇ ਬਸ ਪ੍ਰੈਕਟਿਸ ਵਧੀਆ ਕਰਾਉਂਦੇ, ਵਧੀਆ ਪ੍ਰੈਕਟਿਸ ਚੱਲਦੀ ਆ। ਅਤੇ ਤੁਸੀਂ ਪੜ੍ਹਾਈ ਨੂੰ ਕਿੰਨਾ ਟਾਈਮ ਦਿੰਦੇ ਆ ਅਤੇ ਆਪਣੇ ਖੇਡਾਂ ਨੂੰ, ਸਪੋਰਟਸ ਨੂੰ ਕਿੰਨਾ ਟਾਈਮ ਦਿੰਦੇ ਸੀ? ਮੈਂ ਸਰ ਸਪੋਰਟਸ ਮੇਰੀ ਪਹਿਲਾਂ ਸਵੇਰੇ ਮੈਂ ਖੇਲਣਾ, ਸਵੇਰੇ ਪ੍ਰੈਕਟਿਸ ਕਰਦਾ, ਫਿਰ ਸ਼ਾਮ ਨੂੰ ਪ੍ਰੈਕਟਿਸ ਕਰਨ ਜਾਂਦਾ, ਅਤੇ ਵਿੱਚ ਪੜ੍ਹਾਈ ਨੂੰ, ਪੜ੍ਹਾਈ 4-5 ਘੰਟੇ ਮੈਂ ਪੜ੍ਹ ਲੈਂਦਾ, ਮੈਨੇਜ ਕਰ ਲੈਂਦਾ ਪੜ੍ਹਾਈ। ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਯੂਥ ਨੂੰ ਕਿ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਵੀ ਜ਼ਰੂਰੀ ਆ, ਸਪੋਰਟਸ ਤੁਹਾਨੂੰ ਨਸ਼ਿਆਂ ਤੋਂ ਦੂਰ ਰੱਖਦੀ ਆ, ਹੋਰ ਅੱਗੇ ਵਧਣ ਦਾ ਮੋਟੀਵੇਟ ਕਰਦੀ ਆ। ਅਤੇ ਜਦੋਂ ਅਸੀਂ ਮੈਡਲ ਲੈ ਕੇ ਘਰ ਗਏ ਤਾਂ ਤੁਹਾਡੇ ਘਰਦਿਆਂ ਦਾ ਕਿੱਦਾਂ ਦਾ ਰਿਐਕਸ਼ਨ ਰਿਹਾ? ਮੇਰੇ ਘਰਦਿਆਂ ਬੜਾ ਵਧੀਆ, ਮੇਰੇ ਮੰਮਾ ਬੜੇ ਖੁਸ਼ ਹੋਏ, 4 ਸਾਲਾਂ ਤੋਂ ਮੈਂ ਸਟੇਟ ਖੇਡਦਾ ਸੀ, ਮੇਰਾ ਪਹਿਲਾ ਬਰਾਂਸ ਮੈਡਲ ਆਇਆ ਸੀ, ਪਿਛਲੇ ਸਾਲ ਬਰਾਂਸ ਮੈਡਲ ਆਇਆ ਸੀ, ਇਸ ਵਾਰ ਮੇਰਾ ਸਿਲਵਰ ਮੈਡਲ ਆਇਆ। 4 ਸਾਲ ਤੋਂ ਮੈਂ ਲਗਾਤਾਰ ਸਟੇਟ ਜਾਂਦਾ ਸੀਗਾ, ਪਰ ਇਸ ਵਾਰ ਸਿਲਵਰ ਮੈਡਲ ਆਇਆ। ਹੁਣ ਤੁਹਾਡਾ 2-3 ਸਾਲ ਦਾ ਗੋਲ ਕੀ ਹੈ? 2-3 ਸਾਲ ਦਾ ਗੋਲ, ਮੈਂ ਉਹੀ ਪੜ੍ਹਾਈ ਦੇ ਵਿੱਚ ਵੀ ਥੋੜ੍ਹਾ ਅੱਗੇ ਵਧਾਂ, ਅਤੇ ਇੰਡੀਆ ਨੂੰ ਰੀਪ੍ਰਜੈਂਟ ਕਰਾਂ ਇੰਟਰਨੈਸ਼ਨਲ ਲੈਵਲ 'ਤੇ। ਜੇ ਸਿਲਵਰ ਮੈਡਲ ਲੈ ਕੇ ਆਇਆ ਟ੍ਰਿਪਲ ਐਮ ਸਕੂਲ ਦੇ ਵਿੱਚ, ਅਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਯੂਥ ਨੂੰ ਅਤੇ ਬੱਚੇ ਨੂੰ, ਤੁਸੀਂ ਕੀ ਮੋਟੀਵੇਟ ਕਰਨਾ ਚਾਹੋਗੇ? ਦੇਖੋ, ਇਹ ਬੱਚਾ ਸਟੇਟ ਵਿੱਚ, ਪੰਜਾਬ ਸਟੇਟ ਵਿੱਚ ਰੈਸਲਿੰਗ 'ਚ 2nd ਆਇਆ, ਇਹਨੂੰ ਸਿਲਵਰ ਮੈਡਲ ਮਿਲਿਆ, ਅਸੀਂ ਮੋਟੀਵੇਟ ਕਰ ਲਈ, ਆਪਣੇ ਸਕੂਲ ਵਾਲਿਆਂ ਨੂੰ 11,000 ਰੁਪਏ ਕੈਸ਼ ਪ੍ਰਾਈਜ਼ ਦੇਵਾਂਗੇ, ਅਤੇ ਮੈਂ ਬਾਕੀ ਬੱਚਿਆਂ ਨੂੰ ਵੀ ਕਹਾਂਗਾ ਕਿ ਬੇਟਾ ਇਨਡੋਰ ਮਤਲਬ ਘਰ ਬੈਠ ਕੇ ਕ੍ਰਿਕਟ ਵੀ ਮੋਬਾਈਲ 'ਤੇ ਖੇਡਣਾ, ਵਧੀਆ ਗਰਾਊਂਡ 'ਚ ਆ ਕੇ ਖੇਲੋ, ਆਪਣੇ ਸਰੀਰ ਨੂੰ ਤੰਦਰੁਸਤ ਰੱਖੋ ਅਤੇ ਬੋਡੀ ਐਕਟੀਵੇਟ ਰਹੇਗੀ।